ਤੁਹਾਡੇ ਨਾਲ ਇਹੋ ਜਿਹਾ ਕੀ ਹੋ ਗਿਆ ਕਿ ਤੁਹਾਨੂੰ ਆਉਣਾ ਪੈ ਰਿਹਾ ਸਾਹਮਣੇ ਕਿ ਦੇਖੋ ਜੀ ਆਹ ਗੱਲ? ਸੀਤਾ ਜੀ ਧੰਨਵਾਦ ਕਰਦੇ ਹਾਂ, ਉਹਦਾ ਜੀ ਨੇ ਉਹ ਪਕੜਾਇਆ ਡਾਕੂ। ਮੇਰੇ ਲਵੇ 20 ਕਿੱਲੇ ਪੈਣੀ ਦੇ ਸੀ, 20-22 ਗੜੇ ਮਾਰੀ ਪੈ ਗਈ, ਸਾਰੇ ਪਿੰਡ ਚੱਕ ਵੰਡਣ ਆ ਗਏ। ਜਿਹਨਾਂ ਨੂੰ ਖੇਤੀ ਨਹੀਂ ਸੀ ਕਰਦੇ ਉਹਨਾਂ ਦੇ ਨਾਂ 'ਤੇ ਅੱਧੋ ਅੱਧ ਕਰਕੇ ਵੀ ਅੱਧੇ ਪੈਸੇ ਮੇਰੇ ਅੱਧੇ ਤੁਹਾਡੇ। ਅਸੀਂ ਕਿਹਾ ਵੀ ਸਾਡੀ, ਕਹਿੰਦਾ ਅੱਧ ਤੁਸੀਂ ਦੇ ਦਿਓ, ਅਸੀਂ ਕਿਹਾ ਸਾਡੀ ਪੈਲੀ ਸਾਡੀ ਜ਼ਮੀਨ ਤੈਨੂੰ ਕਿਤੇ ਦੇ ਦਈਏ, ਸਾਡੀ ਜ਼ਮੀਨ ਸ਼ੋਅ ਕਰਕੇ ਪੈਸਿਆਂ ਹੋਰ ਦੇਣਾ ਕੱਢ। ਮੈਂ ਧੰਨਵਾਦ ਕਰਦਾ ਭਗਵੰਤ ਮਾਨ ਦਾ ਜਿਹਨੇ ਇਹਨੂੰ ਨੱਥ ਪਾਈ ਆ, ਜਾਂ ਉਹਨਾਂ ਨੇ ਪਾਈ ਆ, ਮਹਿਕਮੇ ਦਾ ਧੰਨਵਾਦ ਕਰਦਾ ਕਿਹੜਾ ਹੈ, ਵਿਜੀਲੈਂਸ ਵਾਲਿਆਂ ਨੂੰ ਵੀ ਇਹਨੂੰ ਚੰਗੀ ਤਰ੍ਹਾਂ ਨਾ ਜੱਜ ਕੇ ਡੋਕ ਦਿਓ, ਕੋਈ ਇਹੀ ਜਿਹੀ ਹਰਕਤ ਹੋਰ ਨਾ ਕਰੇ ਕਿਸੇ ਨਾਗਰੀ। ਭੀਂਡ ਸੇ ਲਵੇ ਉਹਨੇ ਚਿੱਠੀਆਂ ਫੜਾਈਆਂ ਸਾਰੀਆਂ, ਉਹਨੇ ਵੀ ਗੁੰਮ ਕਰਤੀਆਂ। ਮੈਂ ਕਿਹਾ ਭੋਲੇ ਉਹਨੇ ਕੋਈ ਨਹੀਂ ਸੁਣਦਾ ਰਤਨਾ, ਸਾਰਾ ਸਿਸਟਮ ਖਰਾਬ ਹੋ ਜਾ ਪਿਆ। ਉਹਨਾਂ ਦੇ ਨਾਲ ਚੈੱਕ ਕੱਟ ਕੱਟ ਕੇ ਦਾਬ ਲਈ ਗਏ, ਇੰਨਾ ਗੰਦ ਪਾਇਆ ਸੀ ਨਾ ਉਹਦੇ ਤਾਂ ਲੋਕਾਂ ਨੂੰ, ਐਂ ਵੈਸੇ ਵੀ ਸਰਕਾਰ ਹੁੰਦੀ ਨਹੀਂ ਕੋਈ ਚੀਜ਼, ਬਈ ਚੱਕੀ ਚੱਲੋ ਫੱਟੇ ਹੋਰ ਉਹਨਾਂ ਨੂੰ ਬਹੁਤ ਮੂੰਹ ਪੈ ਗਿਆ ਸੀ ਵੀ ਕੁਛ ਕਰੀ ਜਾ ਰਹੇ, ਕੋਈ ਨਹੀਂ ਸੁਣਦਾ, ਉਹ ਕੰਮ ਹੋ ਗਿਆ। ਬਲਕਾਰ ਸਿੰਘ ਇੰਨਾ ਪਾਵਰਫੁੱਲ ਕਿਵੇਂ ਹੋ ਗਿਆ ਜੀ, ਤਾਕਤਵਰ ਕਿਵੇਂ ਹੋ ਗਿਆ ਸੀ? ਟਾਕੇ ਮਾਰ ਮਾਰ ਹੋ ਗਿਆ ਨਾ। ਜਦੋਂ ਨਾਮ ਆਉਂਦਾ ਪਟਵਾਰੀ ਬਲਕਾਰ ਸਿੰਘ ਦਾ ਤੇ ਕਈ ਪਿੰਡਾਂ ਦੀਆਂ ਗੱਲਾਂ ਹੋਣ ਲੱਗਦੀਆਂ ਨੇ ਕਿ ਕਿਹੜੇ ਕਿਹੜੇ ਪਿੰਡ 'ਚੋਂ ਗਿਆ, ਕਿੱਥੇ ਕਿੱਥੇ ਡਿਊਟੀ 'ਤੇ ਰਿਹਾ ਅਤੇ ਉਸਨੇ ਕੀ ਕੁਝ ਕੀਤਾ। ਮੂਣਕ ਦੀ ਗੱਲ ਕਰਾਂਗੇ, ਮੂਣਕ ਦੇ ਨਾਲ ਲੱਗਦੇ ਪਿੰਡ ਬੱਲਰਾਂ ਦੀ ਗੱਲ ਕਰਾਂਗੇ। ਇੱਧਰ ਰਤਨ ਰਾਜ ਬੈਠੇ ਨੇ ਅਤੇ ਇਸ ਪਾਸੇ ਰਣਜੀਤ ਸਿੰਘ ਬੈਠੇ ਨੇ, ਇਹ ਵੀ ਪੀੜਤ ਨੇ ਪਟਵਾਰੀ ਬਲਕਾਰ ਸਿੰਘ ਤੋਂ। ਇਹਨਾਂ ਨਾਲ ਕੀ ਕੁਝ ਹੋਇਆ, ਕਿੰਨੇ ਪੈਸੇ ਮੰਗੇ ਗਏ, ਕਿਵੇਂ ਖੱਜਲ ਖੁਆਰ ਕੀਤਾ ਗਿਆ ਪਟਵਾਰੀ ਨੇ, ਇਹ ਸਾਰੀਆਂ ਗੱਲਾਂ ਕਰਦੇ ਹਾਂ। ਪਹਿਲਾਂ ਰਣਜੀਤ ਸਿੰਘ ਤੋਂ ਜਾਣਦੇ ਹਾਂ ਕਿ ਜਿਹੜੇ ਦੁਖੀ ਕੀਤਾ ਪਟਵਾਰੀ ਬਲਕਾਰ ਸਿੰਘ ਨੇ। ਸਭ ਤੋਂ ਪਹਿਲਾਂ ਜੀ ਤੁਸੀਂ ਇਹ ਦੱਸੋ ਕਿ ਤੁਹਾਡਾ ਪਹਿਲੀ ਵਾਰੀ ਵਾਹ ਕਦੋਂ ਪਿਆ ਸੀ ਪਟਵਾਰੀ ਨਾਲ? ਸਾਡੀ ਜੀ ਮਾਰ ਖਾਈ ਸੀ 2016 'ਚ, ਪਿੰਡ ਕੀ ਮੇਰਾ ਚਾਚੀ ਦਾ ਮੁੰਡਾ ਖਾ ਗਿਆ ਦਾ ਨਾਲੇ 16.5 ਕਿੱਲੇ ਦੀ ਗੁਰਦੁਆਰੇ ਡੇਰੇ ਕੁਛ ਨਹੀਂ ਬਖਸੀ, ਢੀਂਡਸਾ ਕਲੱਬ ਹੈ ਸਾਰਾ ਜਿਹੜਾ ਖਾਣ ਵਾਲਾ। ਹਾਂ ਵਾਹ ਕੋਈ ਮੈਂ ਕਦੇ ਉਹਨਾਂ ਨੇ ਲੈਣਾ ਨਹੀਂ ਦੇਣਾ ਨਹੀਂ। ਜ਼ਮੀਨ ਤੁਹਾਡੀ ਆਪਣੀ ਨਿੱਜੀ ਮਾਲਕੀ ਵਾਲੀ ਸੀ ਜਾਂ ਸਾਂਝੀ? ਮਾਲਕੀ 16.5 ਕਿੱਲੇ ਮੇਰੀ ਮਾਲਕੀ ਹੈ ਜੀ। ਹਾਂ ਤੇ 16.5 ਕਿੱਲਿਆਂ ਦਾ ਮਸਲਾ ਕੀ ਸੀ ਜਿਹੜਾ ਪਟਵਾਰੀ ਕੋਲ ਜਾਣਾ ਪਿਆ ਤੇ ਮੁੜ ਕੇ ਉਹਨੇ ਵਿੱਚੋਂ ਤੁਹਾਡੇ ਤੋਂ ਰਿਸ਼ਵਤ ਮੰਗੀ? ਮਹਾਰਾਜ ਦਸਬ 16.5 ਨਹੀਂ ਮੰਗੀ, ਉਹ ਤਾਂ ਮਾਰੇ ਖਾ ਗਏ ਸਾਡੀ ਅੱਗੇ। ਮਾਰ ਕਿਵੇਂ ਪਈ ਨਾ ਉਹੀ ਤਾਂ ਦੱਸ। ਗੜੇ ਪੈ ਗਏ ਜੀ, ਗੜੇ ਪੈ ਗਏ, ਗੜੇ ਹੀ ਮਾਰ ਮਿਲ ਕੇ ਪਟਵਾਰੀ ਨਾਲ ਉਹ ਬੰਦੇ ਲੈ ਕੇ ਖਾ ਗਏ, ਨਾ ਉਹਨਾਂ ਦਾ ਲੈਣਾ ਨਾ ਦੇਣਾ, ਠੇਕਾ ਹੋਰ ਗੜਪੇ ਦੀ। ਜ਼ਮੀਨ ਤੁਹਾਡੀ ਸੀ? ਸਾਡੀ ਜ਼ਮੀਨ ਦੀ, ਠੇਕਾ ਹੋਰ ਗੜਪੇ ਦੀ, ਖਾ ਗਏ ਦੂਜੇ ਬੰਦੇ। ਅੱਛਾ ਹਾਂ, ਤੇ ਉਹਦੇ ਵਿੱਚ ਪਟਵਾਰੀ ਦਾ ਰੋਲ ਕੀ ਸੀ? ਪਟਵਾਰੀ ਦਾ ਰੋਲ ਅੱਧੋ ਅੱਧ ਕਰਕੇ ਖਾ ਗਏ ਉਹ ਗਏ। ਕਿੰਨੇ ਕੁ ਪੈਸੇ ਮਿਲੇ ਹੋਣਗੇ ਉਦੋਂ ਇਸ ਮਾਰ ਦੇ? ਪਤਾ ਨਹੀਂ ਜੀ, ਇਹਨਾਂ ਕਹਿੰਦੇ 8000 ਕਿੱਲੇ ਦਾ ਮਿਲਿਆ ਗਾ, 8000 ਹੋਊਗਾ। ਹਾਂ ਮਤਲਬ ਲੱਖ ਤੋਂ ਉੱਤੇ ਬਣਦੀ ਰਕਮ? ਨਹੀਂ ਲੱਖ ਨਹੀਂ ਬਣਦੀ, 75,000 ਬਣਿਆ, 70-75,000। ਅੱਛਾ, ਜਿਹੜੇ ਉਹ ਪਟਵਾਰੀ ਨੇ ਖਾ ਲਏ? ਨਾ ਪਟਵਾਰੀ ਨੇ, ਜੇ ਬੰਦੇ ਖਾ ਗਏ ਪਟਵਾਰੀ ਨੇ, ਉਹ ਤੋਂ ਅੱਧੋ ਅੱਧ ਅਗਲੇ ਪਤਾ ਕੀ ਦਿਆ ਨਾ ਕੀ ਦਿਆ, ਉਹ ਬੰਦਾ ਉਹਨੇ 75,000 ਖਾ ਗਿਆ ਇਕੱਲਾ, ਸਵਿੰਦਰ ਸਿੰਘ ਸਾਧੂ ਸਿੰਘ। ਕਿੰਨੇ ਕੁ ਲੋਕ ਹੋਣਗੇ ਜਿਹੜੇ ਤੁਹਾਨੂੰ ਲੱਗਦਾ ਕਿ ਤੁਹਾਡੇ ਪਿੰਡ ਦੇ ਪੀੜਤ ਬੜੇ ਹੋਏ ਪਏ ਆ ਪਟਵਾਰੀ ਤੋਂ, ਦੁਖੀ ਬਹੁਤ ਸੀ? ਬਥੇਰੀਆਂ ਦੁਖੀ ਤੋਂ ਜੀ, ਦੁਖੀ ਤੋੜੀ ਨੀ, ਦੁਖੀਆਂ ਤੋਂ ਲਾ ਲੇ ਵੀ ਖਾਣ ਵਾਲਾ ਕਾ ਤੋੜਾ ਨੀ, ਦੁਖੀਆਂ ਕਾ ਤੋੜਾ ਨੀ ਪਿੰਡ ਮੇ ਤੋਂ। ਤੇ ਤੁਸੀਂ ਜਦੋਂ ਪਹਿਲੀ ਵਾਰੀ ਤੁਹਾਨੂੰ ਲੱਗਿਆ ਕਿ ਤੁਹਾਡੀ ਜ਼ਮੀਨ ਸੀ, ਪੈਸੇ ਕੋਈ ਹੋਰ ਲੈ ਗਿਆ ਉਹਦੇ ਤੇ ਗੜੇ ਮਾਰੀ ਦੇ? ਚਾਚੀ ਦਾ ਮੁੰਡਾ ਲੈ ਗਿਆ ਜੀ, ਹੋਰ ਕੌਣ ਲੈ ਗਿਆ, ਸਾਕੀ ਲੈ ਗਿਆ ਮਾਰਾ, ਹੋਰ ਕੌਣ ਦਾ? ਹੋਰ ਕਿੱਥੇ ਕਿੱਥੇ ਤੁਹਾਨੂੰ ਫਿਰ ਇਹਦੇ ਬਾਰੇ ਸ਼ਿਕਾਇਤ ਨੀ ਕੀਤੀ ਕਿਸੇ? ਸ਼ਿਕਾਇਤ ਜੀ ਏਡੀਸੀ ਆ, ਕਿਸ ਮਾਨੇ ਪਾ ਲਈ ਆ, ਬਿਜ਼ਨਸ ਮੈਂ ਸੀ ਪਾ ਲਈ ਆ, ਉਹਨਾਂ ਬੰਦੇ ਫਿਰ ਢੀਂਡਸਾ ਕੀ ਛੱਡੇ ਹੋਏ ਨਾ, ਮੈਨੂੰ ਖਤਰਾ ਦਾ, ਮੈਨੂੰ ਕੇਸ ਹੀ ਚੱਲਣ ਦਿਆ, ਢੀਂਡਸਾ ਨੂੰ ਜਿੱਥੇ ਪਾਵਾਂ ਰੋਟੀ ਵਾਪਸ। ਇੱਕ ਅੱਧੀ ਵਾਰੀ ਪਟਵਾਰੀ ਨਾਲ ਸਿੱਧੀ ਤੁਹਾਡੀ ਗੱਲ ਤਾਂ ਹੋਈ ਹੋਣੀ, ਬੇਨਤੀ ਕੀਤੀ ਹੋਣੀ ਤੁਸੀਂ ਕਿ ਮੈਂ ਤਾਂ ਦੁੱਧ ਪਾਈ ਹੈਗਾ, ਹੁਣ ਉਹ ਡਿਸਮਿਸ ਕਰਦੀ ਆ, ਉਹ ਦੂਜਾ ਬਲਕਾਰ ਨੇ ਧਰਮੇ ਨੇ ਚੱਕ ਵੰਡੇ ਦੇ।
ਨਹੀਂ, ਪਟਵਾਰੀ ਬਲਕਾਰ ਸਿੰਘ ਨੂੰ ਇੱਕ ਅੱਧੀ ਵਾਰੀ ਮਿਲੇ ਹੋ ਸਾਹਮਣੇ? ਮਿਲੇ ਅਸੀਂ। ਕੀ ਕਹਿੰਦਾ ਸੀ ਉਹ? ਐਂ ਕਹਿੰਦਾ ਤਾਂ ਪਾਲਦਾ, ਉਹਨਾਂ ਪੈਸੇ ਦੇ ਕੇ ਪਾਏ ਕਿ ਤਾਂ ਪਾਲਦਾ। ਅੱਛਾ, ਵੀ ਤੁਸੀਂ ਪੈਸੇ ਦੇ ਦਿੰਦੇ ਤੁਹਾਡਾ ਵੀ ਕੰਮ ਹੋ ਜਾਣਾ? ਤੁਹਾਡਾ ਕੰਮ ਹੋ ਜਾਂਦਾ ਹੈ ਕਿ ਮੈਨੂੰ ਕਿਹਦਾ ਨਾਲ ਠੇਕਾ ਮਿਲੀ ਕਿ ਮਿਲੀ? ਇਹ ਗੱਲ ਕਿੱਥੇ ਹੋਈ ਸੀ, ਕਿਹੜੀ ਥਾਂ ਤੇ ਹੋਈ? ਮੂਨ ਕਚਹਿਰੀਆਂ ਚ। ਮੂਨ ਕਚਹਿਰੀਆਂ, ਹਾਂ। ਤੇ ਪਿਛਲੇ 4-5 ਸਾਲਾਂ ਦੇ ਵਿੱਚ ਤੁਹਾਡੇ ਕੋਲ ਜਿਵੇਂ ਤੁਸੀਂ ਕਹਿੰਦੇ ਹੋ ਵੀ ਮੈਂ ਤਾਂ ਲੁੱਟਿਆ ਗਿਆ ਜਾਂ ਮੈਨੂੰ ਪੈਸੇ ਨਹੀਂ ਮਿਲੇ ਤੇ ਹੋਰ ਕੋਈ ਲੈ ਗਿਆ, ਇਸ ਤਰ੍ਹਾਂ ਦੇ ਹੋਰ ਕਿੰਨੇ ਲੋਕ ਤੁਹਾਡੇ ਨਾਲ ਗੱਲਾਂ ਕਰਦੇ ਆ ਪਟਵਾਰੀ ਬਾਰੇ? ਬਥੇਰੇ ਜੀ, ਸਾਰੀ ਦੁਨੀਆ ਦੁਖੀ ਹੈ ਉਦੋਂ ਤੋਂ। ਪਰ ਹੁਣ ਜਿਵੇਂ ਹੁਣ ਕਾਰਵਾਈ ਹੋ ਗਈ ਹੈ, ਉਹਦੇ ਨਾਲ ਕਿ ਤਸੱਲੀ ਮਿਲੀ ਹੈ ਜਾਂ ਖਾਲੇ ਹੋਰ ਹੋਣਾ ਕੁਝ? ਬਾਕੀ ਤਾਂ ਜੀ ਵਧੀਆ ਮਿਲੀ ਹੈ, ਕਾਗਜ਼ ਪੱਤਰ ਸਾਰਾ ਆਪਣੇ ਲਵੀ ਦੇ ਗਏ ਹੈ, ਮਿਹਰਬਾਨ ਜੀ ਨੇ ਕਰੀ ਹੈ, ਲੀਲਾ ਨੇ ਟੋਲਾਇਆ ਨੇ ਸਾਰੀ ਕਾਰਵਾਈ ਆ। ਰਤਨ ਰਾਜ ਵੀ ਇਸ ਪਾਸੇ ਬੈਠੇ ਨੇ ਜੀ, ਤੁਹਾਡੇ ਨਾਲ ਇਹੋ ਜਿਹਾ ਕੀ ਹੋ ਗਿਆ ਕਿ ਤੁਹਾਨੂੰ ਆਉਣਾ ਪੈ ਰਿਹਾ ਸਾਹਮਣੇ ਕਿ ਦੇਖੋ ਜੀ ਆਹ ਗੱਲਾਂ ਹੋਈਆਂ? ਅਸੀਂ ਤਾਂ ਜੀ ਧੰਨਵਾਦ ਕਰਦੇ ਹਾਂ ਉਹਦਾ ਜੀ ਨੇ ਉਹ ਪਕੜਾਇਆ ਡਾਕੂ। ਮੇਰੇ ਲਵੇ 20 ਕਿੱਲੇ ਪੈਲੀ ਦੇ ਸੀ, 20 ਬਾਈ ਗੜੇ ਮਾਰੀ ਪੈ ਗਈ, ਸਾਰੇ ਪਿੰਡ 'ਚ ਚੱਕ ਵੰਡਣ ਲੱਗ ਗਏ। ਅੱਛਾ, ਅਸੀਂ ਵੀ ਗਏ, ਉਹ ਜਿਨ੍ਹਾਂ ਨੂੰ ਖੇਤੀ ਨਹੀਂ ਸੀ ਕਰਦੇ ਉਹਨਾਂ ਦੇ ਨਾਂ 'ਤੇ ਅੱਧੋ ਅੱਧ ਕਰਕੇ ਵੀ ਅੱਧੇ ਪੈਸੇ ਮੇਰੇ ਅੱਧੇ ਤੁਹਾਡੇ। ਅਸੀਂ ਕਿਹਾ ਵੀ ਸਾਡੀ, ਕਹਿੰਦਾ ਅੱਧ ਤੁਸੀਂ ਦੇ ਦਿਓ। ਅਸੀਂ ਕਿਹਾ ਸਾਡੀ ਪੈਲੀ ਸਾਡੀ ਜ਼ਮੀਨ ਤੈਨੂੰ ਕਿਤੇ ਦੇ ਦਈਏ? ਉਹ ਫਿਰ ਸਾਨੂੰ ਪੁੱਛੇ ਨਹੀਂ, ਹੋਰਾਂ ਦੇ ਨਾਂ ਕੱਟ ਕੱਟ ਕੇ ਅੱਧ ਆਪ ਲਈ ਗਿਆ, ਅੱਧ ਉਹ ਦੂਜੇ ਨੂੰ ਦੇਣਗੇ। ਕਿਸੇ ਦੁਕਾਨ ਵਿੱਚੋਂ ਲੈ ਗਏ ਸੀ ਰਲ ਮਿਲ ਕੇ, ਉਹਨਾਂ ਦੀ ਜ਼ਮੀਨ ਕਿੰਨੀ ਸੀ? ਉਹਨਾਂ ਦੇ ਕਿਸੇ ਲਵੇ ਖੁੱਟ ਵੀ ਨਹੀਂ ਸੀ, ਕਿਸੇ ਦੁਕਾਨ ਵਾਲੇ ਦੇ ਪਾਤੇ, ਕਦੇ ਕਿਸੇ ਦੇ ਪਾਤੇ, ਐਂ ਇਕੱਠੇ ਕਰਕੇ ਜ਼ਮੀਨ ਤੁਹਾਡੀ ਸ਼ੋਅ ਕਰ ਦਿੱਤੀ। ਹਾਂ, ਸਾਡੀ ਜ਼ਮੀਨ ਸ਼ੋਅ ਕਰਕੇ ਪੈਸਿਆਂ ਹੋਰ ਦੇਣਾ ਕੱਢਤੇ। ਇਹਦੇ ਬਾਰੇ ਤੁਸੀਂ ਸਬੂਤ ਲੈ ਕੇ ਫਿਰ ਗਏ ਹੋ ਕਿਸੇ ਕੋਲ? ਫਿਰਿਆ ਜੀ, ਪਹਿਲਾਂ ਤਾਂ ਮੂਣ ਕੇ ਗਏ ਸਦੀਮ ਦੇ। ਇਸ ਟੀਮ ਕਹਿੰਦਾ ਜੇ ਦਾਂ ਮਾਰ ਆਉਂਦੀ ਕਿ ਫਿਰ ਕੀ ਕਰਦੇ? ਇੰਨਾ ਟੱਪਾ ਕਹਿ ਕੇ ਅਸੀਂ ਬਾਹਰ ਆ ਗਏ, ਮੈਂ ਨਹੀਂ ਸੁਣਦਾ ਬਈ। ਫਿਰ ਅਸੀਂ ਉਹਨੂੰ ਗਏ, ਅੱਛੀ ਬੰਦੇ 7-8 ਤੇ ਅਸੀਂ ਫਿਰ DC ਦੇ ਗਏ। DC ਨੇ ਸਾਨੂੰ ਡਿਊਟੀ ਲਾ ਦੀ, ਕੁੱਤੇ ਚਵਾਰੇ ਤੇ ਮਾਲ ਅਫਸਰ ਹੈ, ਉਹਦੇ ਲਵੇ ਗਏ, ਸਾਰਾ ਕੁਛ ਫੜਾਤਾ ਉਹਨੂੰ ਜੀ, ਐਂ ਕਰਕੇ ਸਾਡੀ ਮਾਰ ਖਾ ਗਿਆ। ਕਹਿੰਦਾ ਕੋਈ ਨਾ ਅਗਲੇ ਹਫ਼ਤੇ ਆ ਜਾਓ। ਅਸੀਂ ਅਗਲੇ ਹਫ਼ਤੇ ਕਈ ਦਿਨਾਂ ਬਾਅਦ ਫਿਰ ਉਹਨੇ ਪਟਵਾਰੀ ਬੁਲਾ ਕੇ ਅੰਦਰ ਬੈਠ ਕੇ ਸਾਨੂੰ ਨਹੀਂ ਪੁੱਛਿਆ, ਚਲੋ ਕਹਿੰਦਾ ਫਿਰ ਆਇਓ ਬਾਈ ਤੁਸੀਂ। 15 ਕੁ ਦਿਨਾਂ ਬਾਅਦ ਮੇਰੇ ਲਵੇ ਚਿੱਠੀ ਭੇਜਤੀ ਵੀ ਤੈਨੂੰ ਕਿਤੇ ਫਿਰਨ ਦੀ ਲੋੜ ਨਹੀਂ, ਤੇਰੇ ਲਵੇ ਆਪੇ ਆਜੂਗੀ ਮਾਰ। ਚਲੋ ਜੀ, ਮੈਂ ਘਰੇ ਬਹਿ ਗਿਆ। ਮਹੀਨਾ ਡੀਕੇ, ਮਹੀਨੇ ਬਾਅਦ ਫਿਰ ਗਏ ਆ ਬਾਈ ਵੀ ਨਾਲੇ ਸੀ। ਚਲੋ ਸਾਡੇ ਕੁਦਰਤੀ ਅਸੀਂ DC ਦੇ ਬਾਹਰ ਨੇ ਇਕੱਠੇ ਹੋ ਗਏ ਗੇਟ ਮੂਹਰੇ, ਉਹ ਮਾਲ ਅਫਸਰ, ਉਹ ਕਹਿੰਦੇ ਤੁਸੀਂ ਫਿਰ ਆ ਗਏ? ਮੈਂ ਜੀ ਸਾਨੂੰ ਇਨਸਾਫ ਤਾਂ ਦਿਓ ਕੋਈ, ਸਾਨੂੰ ਕਿਸੇ ਕਿਨਾਰੇ ਲਾਓ। ਕਹਿੰਦੇ ਜਾਓ ਤੁਸੀਂ, ਮੈਂ ਆਪੇ ਲਾਊਂਗਾ। ਅਸੀਂ ਜੀ ਫਿਰ ਆ ਗਏ, ਅਸੀਂ ਚੌਥੇ ਫਿਰ ਗਏ, ਚੌਥਾ ਗੇੜਾ। ਉਹ ਕਹਿੰਦੇ ਤੁਹਾਨੂੰ ਕਹਿ ਤਾ ਯਾਰ ਨਿਚਲੇ ਹੋ ਕੇ ਬਹਿ ਜਾਓ। ਅਸੀਂ ਸਾਰਾ ਦਿਨ ਭੁੱਖੇ ਤੇ ਆਏ ਉੱਥੇ ਪੈ ਕੇ, ਕਰਸਾਦਾ ਮਹੀਨਾ ਆ ਬਾਈ ਮੇਰੇ ਨਾਲ। ਅਸੀਂ ਸਾਲ ਦੀ ਗੱਲ ਹੈ, ਇਹ 2016 'ਚ। ਹਾਂ, ਅਸੀਂ ਪੱਠਲ ਲਵੇ ਕਿ ਕਿਸੇ ਨੇ ਨਹੀਂ ਸੁਣੀ ਯਾਰ, ਐਡਾ ਡਾਕੂ। ਅਸੀਂ ਕਿਹਾ ਵੀ ਇਹ ਸਾਰੀ ਸਰਕਾਰੇ ਕਿਹੜੀਆਂ ਨੇ? ਇਹ ਮੈਂ ਧੰਨਵਾਦ ਕਰਦਾ ਭਗਵੰਤ ਮਾਨ ਦਾ ਜਿਹਨੇ ਇਹਨੂੰ ਨੱਥ ਪਾਈ ਆ, ਜਾਂ ਉਹਨਾਂ ਨੇ ਪਾਈ, ਉਹ ਮਹਿਕਮੇ ਦਾ ਧੰਨਵਾਦ ਕਰਦਾ, ਕਿਹੜਾ ਹੈ ਮਹਿਕਮਾ, ਵਿਜੀਲੈਂਸ ਵਾਲਿਆਂ ਨੂੰ ਵੀ ਇਹਨੂੰ ਚੰਗੀ ਤਰ੍ਹਾਂ ਨਾ ਜੱਜ ਕੇ ਠੋਕ ਦਿਓ, ਕੋਈ ਇਹੀ ਜਿਹੀ ਹਰਕਤ ਹੋਰ ਨਾ ਕਰੇ ਕਿਸੇ ਨਾਲ, ਗਰੀਬ ਨਾਲ। ਮੈਨੂੰ ਜੈਸ਼ ਰਹਿ ਗਈ, ਬਾਹਰ ਆ ਗਿਆ, ਫਿਰ ਹੋ ਸਕਦਾ, ਫਿਰ ਇਹ ਕਫਲੇ ਹੀ ਕਰੂਗਾ ਲੋਕਾਂ ਨਾਲ। ਮੈਂ ਤਾਂ ਧੰਨਵਾਦ ਕਰਦਾ ਵੀ ਇਹਨੂੰ ਚੰਗੀ ਤਰ੍ਹਾਂ ਹੋਰਾਂ ਨੂੰ ਕੰਨ ਹੋ ਜਾਏ, ਨਾ ਕਿ ਸਾਨੂੰ, ਅਸੀਂ ਤਾਂ ਐਂ ਕਹਿੰਦੇ ਹਾਂ ਪਰਮਾਤਮਾ ਸੁੱਖ ਰੱਖੇ ਸਾਨੂੰ ਮਾਰ ਨਾ ਦਵਾਵੇ। ਜਿਨ੍ਹਾਂ ਨੂੰ ਚਸਕਾ ਪੈ ਗਿਆ ਉਹ ਗੜੇ ਭਾਂਤ ਵੀ ਆਈ ਵਿਸਾਲ ਗੜੇ ਪਾ ਦੇ ਸਾਨੂੰ, ਫਿਰ ਮਾਰ ਮਿਲੇ। ਉਹ ਐਂ ਸੁੱਖ ਸੁੱਖ ਚੱਲਦਾ ਵੀ ਹਰ ਵਾਰੀ ਗੜੇ ਮਾਰੀ ਹੋ ਜਾਏ, ਹਰ ਵਾਰੀ ਗੜੇ ਹੋਰ ਘੁਆ ਦੇਣਾ ਮੂੰਹ ਤੇ, ਉਹ ਬੰਦੇ ਕਹਿੰਦੇ ਨੇ ਗੜੇ ਪੈ ਜਾਣ ਫਿਰ ਸਾਡੇ ਘਰੇ ਨਜ਼ਾਰਾ ਆਊਗਾ, ਕਿਉਂ 5-7 ਲੱਖ ਮਿਲ ਗਿਆ। ਅਸੀਂ ਕਹਿੰਦੇ ਵੀ ਪਰਮਾਤਮਾ ਸੁੱਖ ਰੱਖੇ ਸਾਨੂੰ, ਪਰਮਾਤਮਾ ਵੱਲੋਂ ਉਮੀਦ ਹੈ, ਪਟਵਾਰੀ ਪਟਵੂਰੀ ਸਾਡੇ ਕੱਖ ਨਹੀਂ ਕਰਦੇ। ਇਹ ਤਾਂ ਸਨ, ਮੈਂ ਧੰਨਵਾਦ ਸਾਡੇ ਨਗਰ ਦਾ ਕਰਦਾ ਵੀ ਚੰਗੇ ਰਹੇ, ਜਿਹੜੇ ਨੇ ਆਪਸ ਵਿੱਚ ਦੁਸ਼ਮਣੀ ਨਾ, ਨਹੀਂ ਇੱਥੇ ਤੱਕ ਹੱਦ ਆ ਗਈ ਸੀ ਵੀ ਇਹਨੂੰ ਮਾਰ ਦਿਓ, ਇੱਥੇ ਤੱਕ ਕੱਕਲਕਾਨ ਹੋ ਗਏ ਸੀ ਲੋਕ। ਮੈਂ ਧੰਨਵਾਦ ਕਰਦਾ ਸਾਡੇ ਨਗਰ ਦਾ ਜਿਨ੍ਹਾਂ ਨੇ ਇਹ ਕਦਮ ਨਹੀਂ ਚੱਕਿਆ। ਪਿੰਨੀ ਕਸਰ ਕਿਸੇ ਨੇ, ਨਾ ਪੱਠਲ ਨੇ ਨਾ ਢੀਂਡਸੇ ਨੇ, ਪੱਠਲ ਖੁਦ ਬੋਲੀ, ਅੱਕੇ ਸਾਰੇ ਪੈਸੇ, ਸਾਰੇ ਪੱਠਲ ਖੁਦ ਬੋਲੀ
ਮੈਂ ਉਰੇ ਮਾਰ ਦਵਾਉਂਗੀ, ਮੈਨੂੰ ਵੋਟਾਂ ਪਾਓ, ਅਮੂਨਕ ਸਟੇਜ ਤੇ ਬੋਲੀ ਸੀ, ਇਸ ਪਟਵਾਰੀ ਦੀ ਸ਼ਿਕਾਇਤ ਕੀਤੀ ਸੀ। ਹਾਂ ਹਾਂ, ਪਟਵਾਰੀ ਦੀ ਢੀਂਡ ਸੇ ਲਵੇ, ਉਰੇ ਚਿੱਠੀਆਂ ਫੜਾਈਆਂ ਸਾਰੀਆਂ, ਉਹਨੇ ਵੀ ਗੁੰਮ ਕਰਤੀਆਂ। ਮੈਂ ਕਿਹਾ ਭੋਲੇ ਉਰੇ ਕੋਈ ਨੀ ਸੁਣਦਾ ਰਤਨਾ, ਸਾਰਾ ਸਿਸਟਮ ਖਰਾਬ ਹੋਇਆ ਪਿਆ। ਮੈਂ ਤਾਂ ਧੰਨਵਾਦ ਕਰਦਾ ਬਈ ਭਗਵੰਤ ਮਾਨ, ਜੁਗੋ ਜੁਗ ਜੀਵੇ, ਸਰਕਾਰ ਇਹਦੀ ਆਉਂਦੀ ਰਹੇ, ਇਹੋ ਜਿਹੇ ਡਾਕੂਆਂ ਨੂੰ ਕਾਬੂ ਕਰੇ। ਮੈਂ ਤੁਹਾਡਾ ਧੰਨਵਾਦ ਕਰਦਾ ਚੈਨਲ ਵਾਲਿਆਂ ਦਾ ਵੀ ਇਹਨੂੰ ਫੁੱਲ ਸ਼ੇਅਰ ਕਰਿਓ ਬਈ। ਤੇ ਤੁਸੀਂ ਜਿਹੜੀ ਇਹ ਗੱਲਾਂ ਦੱਸ ਰਹੇ ਹੋ ਕਿ ਅਸੀਂ ਤਾਂ ਖੱਜਲ ਇੰਨੇ ਹੋਏ ਜੀ, ਇੱਕ ਤਾਂ ਸਾਨੂੰ ਕੁਦਰਤ ਦੀ ਮਾਰ ਪੈ ਗਈ, ਉੱਤੋਂ ਇਹੋ ਜਿਹੇ ਬੰਦੇ ਆ ਗਏ ਜਿਹੜੇ ਲੁੱਟਣ ਲੱਗ ਗਏ, ਫਿਰ ਤਾਂ ਕਿਸਾਨ ਸਾਰੇ ਪਾਸੇ ਦੁਖੀ। ਗੁੰਡਾ ਸੀ, ਆਪ ਕਬਜ਼ੇ ਲੈਂਦਾ ਜ਼ਮੀਨਾਂ 'ਚ ਲੈ ਕੇ ਪਿਸਤੌਲ ਨਾਲ, ਅਗਲਾ ਮੇਰੇ ਵਰਗਾ ਡਰਦਾ ਬਹਿ ਜਾਂਦਾ। ਕਿੰਨੀ ਵਾਰੀ ਇਹਦੇ ਕੋਲ ਪਿਸਤੌਲ ਦੇਖੀ ਸੀ? ਅਸੀਂ ਤਾਂ ਬਹੁਤ ਵਾਰੀ ਦੇਖੀ ਹੈ, ਇਹ ਗੁੰਡੇ ਬਣੇ ਕਰਦਾ ਸੀ, ਕਿਹੜਾ ਪਟਵਾਰੀ ਸੀ, ਵੈਸੇ ਤਾਂ ਗੁੰਡਾ ਸੀ। ਪਰ ਇੱਕ ਬੰਦਾ ਤਾਂ ਇੰਨੇ ਪਿੰਡਾਂ ਵਿੱਚ ਜਾ ਕੇ ਯਕੀਨ ਜਾਂ ਨਹੀਂ ਹੁੰਦਾ ਸੁਣਨ ਨੂੰ ਵੀ ਇੱਕ ਬੰਦਾ ਕਿਵੇਂ ਕਰ ਸਕਦਾ। ਮੈਂ ਧੰਨਵਾਦ ਇਹ ਏਰੀਏ ਦਾ ਧੰਨਵਾਦ ਕਰਦਾ ਜੀ, ਇਹ ਤਾਂ ਉਹੀ ਮਾਰ ਦੇਣਾ ਸੀ ਕਿਸੇ ਨੇ, ਏਡਾ ਭੈੜਾ ਡਾਕੂ ਸੀ ਇਹ। ਨਹੀਂ, ਇਹਦੇ ਨਾਲ ਕੋਈ ਹੋਰ ਤੁਸੀਂ ਕਦੇ ਬੰਦਾ ਦੇਖਦੇ ਸੀ, ਕੋਈ ਮਿਲੇ ਹੋਏ ਸੀ ਜਾਂ ਇਕੱਲਾ ਹੀ ਸੀ? ਉਹ ਪਿੰਡੋਂ ਹੀ ਪੱਟ ਲੈਂਦਾ ਸੀ, ਦੋ ਕੁ ਨੰਬਰਦਾਰ ਪੱਟੇ, ਬਾਕੀ ਉਹ ਚੇਲੇ ਗਾਹਾਂ ਬਣਾ ਲੈਂਦੇ ਅੱਧੋ ਅੱਧ ਤੇ, ਵੀ ਲੈ ਤੈਨੂੰ ਬਈ ਆ ਦਿੰਦੇ ਆ 1,00,000 ਰੁਪਇਆ, ਅੱਧਾ ਸਾਡਾ, ਅੱਧੇ ਤੇ ਹਰੇਕ ਖੜਾ ਹੋ ਜਾਂਦਾ। ਅਸੀਂ ਜੀ ਸਾਡੇ ਨਾਲ ਬਹੁਤ ਖਰਚਾ, ਕਿਹਨੂੰ ਨਹੀਂ ਪਿਆਰਾ ਹੁੰਦਾ, ਸਾਰੇ ਲਾਲਚ ਦੇ ਮਾਰੇ ਹਰਾਮ ਦਾ, ਹਰੇਕ ਦੁਕਾਨ ਵਾਲਾ ਚੱਕੇ ਉਹਦੇ ਟੈਕ ਹੋ ਗਿਆ, ਹੋਰ ਕਿਸੇ ਦੇ ਕਿਹਾ ਜਿਹਦੇ ਲਈ ਜ਼ਮੀਨ ਨਾ ਖੇਤੀ ਕਰਨੀ ਆਉਂਦੀ, ਉਹਨਾਂ ਦੇ ਨਾਲ ਚੈੱਕ ਕੱਟ ਕੱਟ ਕੇ ਅੱਧਾ ਆਪ ਲਈ ਗਏ, ਇੰਨਾ ਗੰਦ ਪਾਇਆ ਸੀ ਨਾ ਉਹਦੇ ਤਾਂ ਲੋਕਾਂ ਨੂੰ। ਐਂ ਵੈਸੇ ਵੀ ਸਰਕਾਰ ਹੁੰਦੀ ਹੈ ਨਹੀਂ ਕੋਈ ਚੀਜ਼, ਬਈ ਚੱਕੀ ਚੱਲੋ ਫੱਟੇ, ਹੋਰ ਉਹਨਾਂ ਨੂੰ ਬਹੁਤ ਮੂੰਹ ਪੈ ਗਿਆ ਸੀ ਵੀ ਕੁਛ ਕਰੀ ਜਾ, ਕੋਈ ਨਹੀਂ ਸੁਣਦਾ, ਉਹ ਕੰਮ ਹੋ ਗਿਆ ਸੀ। ਜੰਗਲ ਰਾਜ ਯਕੀਨ ਤੁਹਾਡਾ ਥੋੜ੍ਹਾ ਬਹੁਤ ਬਣਿਆ ਕਿ ਕੁਛ ਯਕੀਨ ਬਣਿਆ ਜਦੋਂ ਦਾ ਸੁਣਿਆ ਵੀ ਉਹ ਜੇਲ੍ਹ 'ਚ ਹੈ ਵੀ ਹੋਰ ਉਹਦਾ ਪੈਂਡਾ ਨਹੀਂ ਛੁੱਟਣਾ, ਫਿਰ ਉਦੋਂ ਮੇਰਾ ਯਕੀਨ ਬਣਿਆ ਬਈ ਧੰਨਵਾਦ ਬਈ। ਇੱਕ ਉਹਦੇ ਪਰਿਵਾਰ ਦੀ ਤੁਸੀਂ ਗੱਲ ਸੁਣੀ ਹੁੰਦੀ, ਉਹਦੇ ਸਾਰੇ ਭਰਾ ਇਕੱਠੇ ਹੋ ਕੇ ਨਾ ਚੰਡੀਗੜ੍ਹ ਪਹੁੰਚਦੇ ਆ, ਉਹ ਮੀਡੀਆ ਨੂੰ ਪਤਾ ਕੀ ਕਹਿੰਦੇ ਆ, ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਵੀ ਅਸੀਂ ਸਾਰੇ ਟੱਬਰ ਦੇ ਜੀ ਨੌਕਰੀ ਕਰਦੇ ਹਾਂ, ਮੱਝਾਂ ਬਹੁਤ ਰੱਖੀਆਂ, ਤੂੜੀ ਤੰਦ ਵੇਚਦੇ ਹਾਂ ਲੱਖਾਂ ਦੀ, ਉਹਦੇ ਨਾਲ ਹੌਲੀ 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 ਪੈਸੇ ਜੋੜੇ ਆ ਅਸੀਂ ਤੇ ਤਾਂ ਜ਼ਮੀਨ ਬਣੀ ਹੈ। ਉਹ ਤਾਂ ਨਾ ਜਦੋਂ ਉਹਦਾ ਪਰਿਵਾਰ ਸਾਨੂੰ ਬੁਲਾ ਲਿਓ, ਜੇ ਤਾਂ ਅਸੀਂ ਦੱਸਦੇ ਹਾਂ ਵੀ ਕਿਵੇਂ ਜ਼ਮੀਨ ਬਣਾਈ ਹੈ। ਉਹਨੇ ਗਰੀਬਾਂ ਦਾ ਗੱਲ ਘੋਟ ਘੋਟ ਕੇ ਨਾ ਐਂ ਬਈ 420 ਕਰੀ, ਆਪ ਜ਼ਮੀਨਾਂ ਦੇ ਕਬਜ਼ੇ ਲੈ ਲੈ, ਪੁੱਠੇ ਸਿੱਧੇ ਕੰਮ ਇੰਨੇ ਕਰੇ ਨੇ ਮੂਣ ਕੀਤਾ ਜਿੰਨੇ ਹੱਦੋਂ ਬਾਹਰ ਆ। ਖਨੌਰੀ ਦੇਖੋ ਕਿੰਨੇ ਕੁ ਸਾਲ ਤੁਸੀਂ ਪਟਵਾਰੀ ਨੂੰ ਇਸ ਇਲਾਕੇ 'ਚ ਦੇਖਦੇ ਰਹੇ ਡਿਊਟੀ 'ਤੇ? ਇਹ ਤਾਂ ਮੇਰਾ ਤਾਂ ਬਾਹ ਵਾਸਤਾ ਉਦੋਂ ਗੜੀ ਮਾਰੀ 'ਚ ਪਿਆ, ਮੈਂ ਕਾਹਨੂੰ ਮੂੰਹ ਦੇਖਦਾ ਇਹਨਾਂ ਦਾ ਪਟਵਾਰੀਆਂ ਦਾ, ਮੈਂ ਤਾਂ ਕਾਹਨੂੰ ਦਿਖਾਵੇ ਰੱਬ। ਇੰਨਾ ਦੁਖੀ ਹੈ ਕਿਸਾਨ ਵੀ, ਇਹਨਾਂ ਦੇ ਵਿੱਚ ਜਾਣਾ ਵੀ ਬਹੁਤ ਦੂਰੋਂ ਮੱਥਾ ਟੇਕ ਦਿੰਦੇ ਆ। ਜਦੋਂ ਸਾਨੂੰ ਕੰਮ ਪੈ ਜਾਏ ਨਾ, ਹੁਣ ਵੀ ਕਈ ਕੰਮ ਆੜੇ ਹੋਏ ਨੇ ਇਹੀ ਰਿਸ਼ਵਤ ਕਰਕੇ ਮੇਰੇ, ਪਰ ਮੈਂ ਨਹੀਂ ਖੁੱਲ੍ਹ ਕੇ ਦੱਸ ਸਕਦਾ ਵੀ ਇੱਥੋਂ ਤੱਕ ਸੁਹਾਗਾ ਹੀ ਮਾਰ ਦਿੱਤਾ ਜੀ, ਅਕਾਲੀ ਸਰਕਾਰ ਆ, ਵਿੱਚੇ ਕਾਂਗਰਸ ਆ ਗਈ, ਵੀ ਕੋਈ ਕਿਸੇ ਲਵੇ ਦੁੱਖ ਰੋਣ ਜੋਗਾ ਹੈ ਹੀ ਨਹੀਂ ਸੀ, ਸਾਰੇ ਘਪਲੇ ਬਾਜ। ਜਦੋਂ ਖੁਦ ਢੀਂਡ ਸੇ ਲਵੇ ਗਏ, ਭੱਠਲ ਲਵੇ ਗਏ, ਡੀਸੀ ਲਵੇ ਹੋ ਰਹਿ ਗਿਆ, ਕੀ ਦੱਸੋ ਗਰੀਬ ਬੰਦਾ ਕਿੱਥੇ ਜਾਊਗਾ। ਹਨਾ ਮੈਂਬਰ ਸਰਪੰਚਾਂ ਦੇ ਤਾਂ ਬਸ ਦੀ ਗੱਲ ਹੈ ਨਹੀਂ, ਇੱਡੇ ਲੀਡਰਾਂ ਨੂੰ ਕਹਿ ਕੇ ਥੱਬਾ ਚਿੱਠੀਆਂ ਨਾਲ ਫੜਾਇਆ, ਉਦੋਂ ਸਾਡੇ ਯਾਦ ਦੀ ਗੱਲ ਕੀਤਾ ਵੀ ਆਸ ਹੁਣ ਤਾਂ ਅਸੀਂ ਪਟਵਾਰੀ ਬਲਕਾਰ ਸਿਉਂ ਇੰਨਾ ਪਾਵਰਫੁਲ ਕਿਵੇਂ ਹੋ ਗਿਆ ਸੀ, ਤਾਕਤਵਰ ਕਿਵੇਂ ਹੋ ਗਿਆ ਸੀ? ਡਾਕੇ ਮਾਰ ਮਾਰ ਹੋ ਗਿਆ ਨਾ, ਡਾਕੇ ਮਾਰੇ ਜਿਵੇਂ ਹੁਣ 5-7-10 ਲੱਖ ਤਾਂ ਮੇਰੇ ਪਿੰਡ 'ਚੋਂ ਹੀ ਖਾ ਗਿਆ, ਨੇੜੇ ਤੇੜੇ ਹੋਰ ਪਿੰਡਾਂ 'ਚੋਂ ਵੀ ਖਾਏ ਆ। ਇਹਨਾਂ ਦੇ ਮਿਲੀ ਭੁਗਤ ਸੀ ਸਾਰਾ, ਵਿੱਚੇ ਤਹਿਸੀਲਦਾਰ ਆ ਗਏ, ਵਿੱਚੇ SDM ਆ ਗਏ, DC ਤੱਕ ਆ ਗਏ। ਤੁਸੀਂ ਦੱਸਿਆ ਕਿ 20 ਕਿੱਲਿਆਂ ਦੀ ਵਾਹੀ ਕਰਦੇ ਸੀ? ਹਾਂ, ਮੈਂ 20-25-24 ਕਿੱਲੇ ਸੀ ਉਸ ਸਾਲ ਮੇਰੇ ਕੋਲ। ਪਿਛਲੇ 5-6 ਸਾਲਾਂ 'ਚ ਕਿੰਨੇ ਏਕੜ ਹੋਰ ਬਣਾ ਲਈ ਆ? ਜਿਵੇਂ ਮੈਂ ਤਾਂ ਮੈਥੋਂ, ਮੈਂ ਨਾਲੇ ਦੁੱਧ ਦਾ ਕੰਮ ਕਰਦੇ ਨੇ ਮੇਰੇ ਬੱਚੇ, ਇੱਕ ਡਾਕਟਰ ਹੈ, ਮੈਥੋਂ ਮੇਰੀ ਸਾਂਭ ਕੇ ਰਹਿ ਜੇ ਉਹ ਬਹੁਤ ਹੈ ਵੀ ਮੇਰੀ ਵਿਕੇ ਨਾ, ਇੱਥੇ ਤਾਂ ਹਾਲ ਹੈ ਜ਼ਿਮੀਂਦਾਰ ਦਾ। ਉਹ ਕਹਿੰਦਾ ਮੈਂ ਕਮਾਈ ਕਰਕੇ, ਸਾਡੇ 20 ਬੰਦੇ ਉਹਨੇ ਨੌਕਰੀਆਂ 'ਤੇ ਕਿਸੇ ਨਹੀਂ ਹੈ ਵੀ ਜਿਵੇਂ ਉਹਨੇ ਬਲਕਾਰ ਨੇ ਖਰੀਦੀ ਹੈ ਬਿਆਂ ਖਰੀਦ ਲੂਗਾ, ਉਹ ਵੀ ਲੋਕਾਂ ਦੇ ਗੱਲ ਘੋਟੀ ਗਿਆ, ਜ਼ਮੀਨ ਖਰੀਦੀ ਗਿਆ। ਇਹ ਚਲੋ ਹੁਣ ਵੀ ਸਰਕਾਰ ਦੀ ਨਿਗਾਹ ਪੈ ਗਈ, ਨਿਗਾਹ ਥੱਲੇ ਆ ਗਿਆ, ਹੋਰਾਂ ਨੂੰ ਕੰਨ ਹੋ ਜਾਣਗੇ, ਨਹੀਂ ਤਾਂ ਸਿੱਧੇ ਤੁਸੀਂ ਹੋਰ ਦੇਖੇ ਹੁਣ ਕਹੀ ਮੈਥੋਂ ਕਾਹਨੂੰ ਪੁੱਛਦੇ ਹੋ, ਜਮੇ ਹੀ ਸਾਰੇ ਹੀ ਮਹਿਕਮਾ ਕਿਤੇ ਬਿਜਲੀ ਵਾਲੇ ਕੋਲ ਵਗ ਜਾ, ਬਸ ਮੱਛੀ ਵਾਂਗੂ ਜਾਲ ਸਿੱਟ ਕੇ ਆ ਜਾ, ਕਹਿੰਦੇ ਨੇ ਇੰਨੇ ਪੈਸੇ ਲਾਵਾਂਗੇ।
ਚਲੋ ਭਾਈ ਇਹਨਾਂ ਨੂੰ ਕਾਹਨੂੰ ਰੱਬ ਮੇਲ ਨਾ ਕਰਾਵੇ ਇਹਨਾਂ ਨਾਲ ਤਾਂ। ਪੀੜਤ ਹੁੰਦੇ ਗਏ ਤੇ ਲੁੱਟਦੇ ਗਏ, ਪਰ ਹੁਣ ਕਾਰਵਾਈ ਤੋਂ ਖੁਸ਼ ਨਜ਼ਰ ਆ ਰਹੇ ਨੇ ਕਿ ਘੱਟੋ ਘੱਟ ਕੋਈ ਕਾਰਵਾਈ ਤਾਂ ਹੋਈ ਇਸ ਮਸਲੇ ਦੇ ਵਿੱਚ। ਹੋਰ ਬਹੁਤ ਸਾਰੇ ਲੋਕ ਨੇ, ਅਸੀਂ ਕੋਸ਼ਿਸ਼ ਕਰਾਂਗੇ ਹਰ ਪਿੰਡ ਹਰ ਉਸ ਘਰ ਤੱਕ ਪਹੁੰਚ ਕੀਤੀ ਜਾਵੇ, ਉਹਨਾਂ ਦੀਆਂ ਕਹਾਣੀਆਂ ਤੁਹਾਡੇ ਨਾਲ ਦੱਸੀਆਂ ਜਾਣ ਜਿਹੜੇ ਜਿਹੜੇ ਪਟਵਾਰੀਆਂ ਤੋਂ ਅੱਕੇ ਹੋਏ ਨੇ, ਖਾਸ ਕਰਕੇ ਬਲਕਾਰ ਸਿੰਘ ਪਟਵਾਰੀ ਤੋਂ ਅੱਕੇ ਹੋਏ ਨੇ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਬਲਰਾਂ।